ਦੀ ਜਦੋਂ ਹੀ ਵੇਖੋ ਤਵਾ ਨਾ ਆਟਾ ਦੀ ਗੁਛਣੀ ਤੇ ਲਾ ਕੇ ਤਵੀ ਤੇ ਬਾਹਰ ਜਾਂਦੀ ਐ ਇਹਨੂੰ ਛੱਡ ਜਾ ਤੇ ਮੇਰੇ ਕੱਪੜੇ ਇਸਤਰੀ ਕਰ ਬਿੱਲਾ ਕਮੀਜ਼ ਨਾਲ ਬੋਲ ਅੰਮਾ ਦਾ ਬਲਾਡ ਵਧਿਆ ਖਲੋਤਾ ਤਾਂ ਅੰਮਾ ਆਖਿਆ ਮੈਨੂੰ ਰੋਟੀਆਂ ਪਕਾ ਕੇ ਦੇ ਤਾਂ ਮੈਂ ਰੋਟੀਆਂ ਪਕਾਉਂਦੀ ਪਈ ਆ ਹਾਏ ਹਾਏ ਨਹੀਂ ਤੂੰ ਮੈਨੂੰ ਕਮੀਜ਼ ਦੱਸਦੀ ਪਈ ਐ ਅਸੀਂ ਇਸ ਘਰ ਦੀਆਂ ਦੀਆਂ ਹਾਂ ਮਲਕਾਨੀਆਂ ਹਾਂ ਤੇ ਤੂੰ ਨੋ ਹੈ ਤੇ ਨੋ ਬਣ ਕੇ ਰਹਿ ਆਦੀ ਔਕਾਤ ਨਾ ਬੋਲ ਮੈਂ ਤਾਂ ਆਦੀ ਔਕਾਤ ਨਹੀਂ ਬੋਲਦੀ ਤੁਸੀਂ ਆਦੀ ਔਕਾਤ ਤੋਂ ਬਾਹਰ ਹੋਈਆਂ ਖਲੋਤੀਆਂ ਨੇ ਤੂੰ ਔਕਾਤ ਤੋਂ ਬਾਹਰ ਹੋਈਆਂ ਖਲੋਤੇ ਹਾਂ ਨਹੀਂ ਤੇਰੀ ਲੁਤਰੀ ਕੈਡੀ ਚਲਦੀ ਪਈ ਐ ਇਹਨੂੰ ਆਟਾ ਰੱਖ ਚਾ ਤੇ ਪਹਿਲੇ ਮੇਰੇ ਕੱਪੜੇ ਇਸਤਰੀ ਕਰ ਚਾ ਸਵਾਲ ਤਾਂ ਜਵਾਬ ਨਾ ਮੇਰੇ ਕੋਲ ਪੁੱਛਿਆ ਕਰ ਕਰ ਦੇਣੀ ਐ ਤੇਰੇ ਕੱਪੜੇ ਇਸਤਰੀ ਜਲਦੀ ਕਰ ਮੈਨੂੰ ਦੁਬਾਰਾ ਨਾ ਇੱਥੇ ਆਉਣਾ ਪਵੇ ਆ ਮਿਸਰਾ ਨੂੰ ਕਰ ਤੇ ਮੈਨਾਂ ਵੀ ਖਾਇਆ ਕਰ ਮੈਨੂੰ ਖਾਇਆ ਕਰ ਮੁਸੀ ਬਤਾ ਜਈਆਂ ਦੇ ਘਰੇ ਨਹੀਂ ਜਾਂਦੀਆਂ ਹਨ ਸੁਗਰੀ ਆ ਕਿਤੇ ਮੂੰਹ ਜਾ ਕੇ ਲੱਗੀ ਜਾਨੀ ਮੈਂ ਤੈਨੂੰ ਆ ਕੇ ਰੋਟੀ ਪਕਾ ਕੇ ਦੇ ਮੇਰਾ ਬਲੱਡ ਵਧਿਆ ਖਲੋਤਾ ਤੇ ਮੈਂ ਰੋਟੀ ਖਾਊਂਗਾ ਰੋਟੀਆਂ ਪਕਾਉਂਦੀ ਪਈ ਆਈ ਤੇਰੇ ਧੀ ਆ ਕੇ ਮੈਨੂੰ ਪਹਿਲੇ ਕੱਪੜਾ ਇਸਤਰੀ ਕਰਕੇ ਦੇ ਚਾ ਨਹੀਂ ਅੰਮਾ ਕੂੜ ਮਾਰਦੀ ਪਈ ਏ ਆਟੇ ਨੂੰ ਆਈ ਹੱਥ ਲੈਂਦੀ ਪਈ ਜਿਵੇਂ ਦੇ ਹੱਥ ਪੱਕੇ ਤੇ ਤਵੇ ਤੇ ਪਾ ਕੇ ਮੇਣ ਮੇਣ ਕਰਦੀ ਬੈਠੀ ਏ ਗਾਲੀ ਕਰਦੀ ਬੈਠੀ ਹੋਰ ਉਸ ਕੀ ਆਖਣਾ ਹਾਂ ਨਹੀਂ ਗਾਲੀ ਕਰਦੀ ਬੈਠੀ ਏ ਨਹੀਂ 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 ਅੰਮਾ ਮੈਂ ਗਾਲੀ ਨਹੀਂ ਕਰਦੀ ਪਈ ਐਵੇਂ ਠੋਕੀ ਜਾਂਦੀ ਏਗੀ ਗੱਲਾਂ ਮੈਂ ਤਾਂ ਕੱਪੜਾ ਇਸਤਰੀ ਕਰਕੇ ਬਾਅਦ ਰੋਟੀਆਂ ਪਕਾ ਦੇਣੀ ਏ ਤੈਨੂੰ ਚਲ ਜਬ ਤੱਕ ਮੈਂ ਇਸਤਰੀ ਕਰਕੇ ਦੇ ਇੱਕ ਸੂਟ ਤੇ ਰੋਟੀ ਪਕਾ ਕੇ ਮੈਨੂੰ ਜਲਦੀ ਜਲਦੀ ਦੇ ਚੰਗਾ ਤਮਾਸ਼ਾ ਵੇਖ ਇਹ ਮੇਰੇ ਬਿਰਾਂ ਨੂੰ ਥੱਲੇ ਰੱਖ ਸਕਦੀ ਐ ਸਿਨੀਆਂ ਦੇ ਥੱਲੇ ਰਹਿ ਸਕਨੀ ਐ ਚਲ ਚੁੱਪ ਕਰ ਜਾ ਹੁਣ ਉਹ ਕਪੜੇ ਇਸਤਰੀ ਕਰਦੀ ਪਈ ਐ ਤੁਸੀਂ ਵੀ ਨਾ ਸਿਰ ਤੇ ਚੜੀ ਕੀਤੀਆਂ ਕਰੋ ਅੰਮਾ ਕੀ ਸਿਰ ਤੇ ਚੜਿਆ ਨੋਵਨ ਤੂੰ ਨਾ ਸਿਰ ਤੇ ਚੜਾਏ ਸਿਰ ਤੇ ਚੜ ਕੇ ਨੱਚਾ ਨਾ ਤੁਸੀਂ ਨੀ ਸੁਗਰੀ ਕਿੱਥੇ ਆ ਰਹੀ ਐ ਮੈਂ ਕਪੜੇ ਇਸਤਰੀ ਕਰਵਾਂ ਬਿੱਲੋ ਦੇ ਕਪੜੇ ਬਾਅਦ ਚੋਂ ਕਰ ਲੈ ਇਸਤਰੀ ਤੂੰ ਇੰਜ ਕਰਕੇ ਜਲਦੀ ਜਲਦੀ ਨਾ ਮੈਨੂੰ ਚਾਹ ਬਣਾ ਦੇ ਮੇਰੇ ਸਿਰ 'ਚ ਬਹੁਤ ਦਰਦ ਹੋ ਰਹੀ ਤੇਰੇ ਸਿਰ ਨੂੰ ਤਾਂ ਪੀੜ ਚੜਨੀ ਐ ਸਾਰਾ ਦਿਨ ਟੀਵੀ ਨੂੰ ਜਵੇਖੀ ਰੱਖਣੀ ਹੈਗੀ ਐ ਤਾਂ ਖੋਦੇ ਲਾਨੀ ਐ ਵੀ ਤੂੰ ਮੇਰੇ ਟੀਵੀ ਤੋਂ ਸੜ ਨਹੀਂ ਗਈ ਐ ਇਸੇ ਲਈ ਤਾਂ ਤੂੰ ਗੱਲਾਂ ਬਾਤ ਬਾਤ ਕੇ ਕਰਨੀ ਪਈ ਮੈਂ ਦੱਸ ਨਹੀਂ ਆ ਅੰਮਾ ਨੂੰ ਜ਼ਰਾ ਆ ਵੇਖਣੀ ਮੇਰੀ ਬੈਣ ਮੈਂ ਤਾਂ ਗਰੀਬ ਨਹੀਂ ਸਵਾਣੀ ਹੈਗੀ ਮੇਰੇ ਤੋਂ ਹੱਥ ਚਾਓ ਕਿਸੇ ਹੋਰ ਤੇ ਹੱਥ ਲਾਓ ਮੇਰੇ ਤਾਂ ਨਸੀਬ ਸੜ ਕੇ ਜਿਹੜੇ ਦਿਨ ਮੈਂ ਤੁਹਾਡੇ ਘਰੇ ਪਰ ਨਹੀਂ ਕਿ ਆਈ ਆ ਨਹੀਂ ਜੇ ਤੇਰੇ ਨਸੀਬ ਸੜ ਗਏ ਨੇ ਤੇ ਚਲੀ ਜਾ ਆਪਣੇ ਘਰ ਇੱਥੇ ਕਿ ਬੈ ਕੇ ਪਿੱਟਣੀ ਪਈ ਐ ਜੇ ਮੇਰੇ ਪਿਓ ਮੈਨੂੰ ਤੂੰ ਟੋਰਨ ਬਾਕੀ ਇਹ ਗੱਲ ਨਾ ਕੀਤੀ ਹੁੰਦੀ ਕਿ ਮੇਰੀ ਦੀ ਇਸ ਘਰ 'ਚ ਤੇਰੀ ਡੋਲੀ ਜਾਂਦੀ ਪੈਗੀ ਤਾਂ ਉਦੋਂ ਜਨਾਜ਼ ਆਵੇ ਤੇ ਮੈਂ ਕਦੋਂ ਦੀ ਵਗ ਜਾਵਾਂ ਮੈਂ ਤੇ ਪਿਓ ਦੀ ਲੱਜ ਪਾਲਦੀ ਪਈ ਐ ਕਿ ਮੇਰੇ ਪਿਓ ਨੂੰ ਮੇਰਾ ਪਛਤਾਵਾ ਨਾ ਲੱਗੇ ਕਿ ਮੇਰੀ ਦੀ ਮੇਰੀ ਗੱਲ ਨਹੀਂ ਮੰਨੀ ਪਿਓ ਤੇਰਾ ਬੜਾ ਬੰਦਾ ਹੈਗਾ ਬੰਦਾ ਹੀ ਹੈਗਾ ਅੱਲਾ ਦੇ ਹੁਕਮ ਨਾਲ ਮੇਰੇ ਪਿਓ ਦੀ ਪੂਰੇ ਚੱਕ ਜੀ ਜਦ ਬਣੀ ਹੋਈ ਹੈਗੀ ਤੇ ਜਿੱਥੇ ਟੁਰਦਾ ਨਾ ਲੋਕੀ ਸਲਾਮ ਕਰਦੇ ਨੇ ਹਾਂ ਤੇ ਬੇਇੱਜ਼ਤੀ ਸਾਡੀ ਹੈਗੀ ਹੈ ਚੱਕ ਦੇ ਵਿੱਚ ਸਾਡੀ ਉਸ ਤੋਂ ਡਬਲ ਇੱਜ਼ਤ ਹੈਗੀ ਹੈ ਤੇ ਜ਼ਿਆਦਾ ਜ਼ੁਬਾਨ ਨਾ ਮਾਰ ਤੇ ਜਾ ਕੇ ਮੈਨੂੰ ਚਾਹ ਬਣਾ ਕੇ ਦੇ ਬਣਾ ਦੇਣੀ ਹੈ ਚਾਹ ਬਣਾ ਦੇਣੀ ਹੈ ਚਾਹ ਹਾਏ ਜਿਵੇਂ ਇਸ ਕਬੂਤਰ ਤੇ ਮੈਨੂੰ ਉਮੀਦ ਕੋਈ ਨਾ ਕਿ ਬਾਜ਼ੀ ਸਾਨੂੰ ਹਰਾ ਦੇ ਸ ਉਹ ਚਲੋ ਹਾਰ ਗਿਆ ਤਾਂ ਮੋੜ ਕੀ ਹੋਇਆ ਬੰਦੇ ਹਰਦੇ ਹੀ ਰਹਿੰਦੇ ਨੇ ਹੁਣ ਡੇਢੇ ਜਿਹੇ ਨਿੱਕੇ ਨਿੱਕੇ ਕੁੱਤੇ ਭੌਂਕਦੇ ਪਏ ਨੇ ਭੁੱਖ ਬੜੀ ਲੱਗੀ ਹੈ ਚੜ ਕੇ ਰੋਟੀ ਖਾਣੇ ਕੋ ਲੱਸੀ ਪੀਨੇ ਤੇ ਸੌਨੇ ਮੌਜਾਂ ਨਾਲ ਪੱਖਿਆ ਤੇ ਹਾਂ ਤੇ ਬਿਲਕੁਲ ਕਿਉਂ ਨਹੀਂ ਆਪਾਂ ਨੂੰ ਮੁਕਤੀ ਦਾ ਲੱਭਦਾ ਪਿਆ ਆਪਾਂ ਖੁੱਲਾ ਖਾਵੀਏ ਤੇ ਖੁੱਲਾ ਪੀਵੀਏ ਓ ਸਿਆਣੇ ਦਾ ਖਾਣੇ ਮੁਕਤੀ ਦੇ ਲੋਵੇ ਜੁੱਤੀਆਂ ਦੀ ਗੱਤ ਲੈਣਾ ਚਾਹੀਦਾ ਹੈ ਹਾਂ ਇਹ ਗੱਲ ਤਾਂ ਤੇਰੀ ਠੀਕ ਹੈ ਸਿਆਣੇ ਦਾ ਇਹ ਵੀ ਤਾਂ ਖਾਣੇ ਕਿ ਜਵਾਈ ਸਾਹਿਬ ਨੇ ਤੇ ਘਰ ਕੁੱਤਾ ਹੁੰਦਾ ਫਿਰ ਅੱਛਾ ਵਾਲਾ ਮੂੰਹ ਚ ਕਿਹੜੀ ਗੱਲ ਕਰਦਾ ਕੁੱਤਾ ਹੁੰਦਾ ਔਰ ਰਾਠ ਹੋਨੇ ਆਪਾਂ ਜ਼ਿੰਦਾਬਾਦ ਸਾਹਿਬ ਰੇ ਆਪਣੇ ਉਹਨਾਂ ਆਪਾਂ ਨੂੰ ਧੀਆਂ ਹੀ ਦਿੱਤੀਆਂ ਹੋਈਆਂ ਤੇ ਖਾਵਣ ਪੀਵਣ ਹੀ ਦਿੰਦੇ ਪੈਣ ਜਹਾਨ ਦੇ ਲੱਟ ਆਪਾਂ ਸੇ ਜਿਹੜਾ ਆਪਾਂ ਨੂੰ ਨਾ ਸੰਭਾਲ ਲਿਆ ਉਹ ਭੂਤੜਿਆ ਇਹ ਮੁਕੱਦਰ ਆਪਣੇ ਇਹ ਸੋਹਣੇ ਰੱਬ ਨੇ ਬਣਾਏ ਨੇ ਔਰ ਖਾਣੇ ਆ ਮੱਖਣ ਘਿਓ ਦੀਆਂ ਰੋਟੀਆਂ ਤੇ ਸੁੱਖ ਨਾਲ ਸੌਨੇ ਆ ਬਸ ਵੇਖਿਆ ਜਾਵੇ ਨਾ ਇਹ ਤੁਹਾਡੇ ਖਾਦੇ ਦਾ ਲਾਣਾ ਤੇ ਉਹ ਖਾਦੇ ਬੋੜਾ ਤੂੰ ਵੀ ਤਾਂ ਸਾਡੇ ਰਲੇ ਖਾਣਾ ਸਾਡੇ ਸਾਹਿਬ ਰਹਿੰਦੇ ਘਰੋਂ ਤੇ ਪਿਆਣਾ ਤੁਹਾਡੇ ਤੇ ਲਾਣਾ ਤੇ ਹੁਣ ਨਾ ਇਹਨਾਂ ਦੀ ਗੱਲ ਪੈ ਕਰੀ ਚਬਲ ਗਈ ਆ ਚਲਾ ਹੁਣ ਮੈਨੂੰ ਇਹ ਦੱਸ ਇਹਦੇ ਵਿੱਚ ਅੱਗ ਬਲਦੀ ਪਈ ਹੈ ਐਵੇਂ ਚਾਹ ਕੇ ਅਤੀ ਲਈ ਜਾਣੀ ਹੈ ਸੱਟੀ ਜਾਣੀ ਤੇ ਲਾਲਚ ਲੱਗੀ ਬੈਠੀ ਲਾਲਚ ਨਹੀਂ ਲੱਗੀ ਬੈਠੀ ਅੱਗ ਬਾਲਨੀ ਹੈ ਥੱਲੇ ਇੱਕ ਵਾਰ ਲੱਕੜਾ ਵਿੱਚ ਜੋੜਦੀ ਪਈ ਆ ਕੀ ਕਰਨਾ ਚਾਹ ਬਣਾ ਚਾਹ ਨਾ ਬਣਾ ਮੇਰੇ ਵਾਸਤੇ ਅੰਡਾ ਉਬਾਲ ਜਲਦੀ ਨਾਲ ਜਾਂ ਮੈਨੂੰ ਤਵੇ ਤੇ ਬਣਾ ਕੇ ਦੇ ਇਸ ਟਾਈਮ ਮੈਨੂੰ ਅੰਡੇ ਦੀ ਬੜੀ ਤਲਬ ਹੋ ਰਹੀ ਤੈਨੂੰ ਅੰਡੇ ਦੀ ਤਲਬ ਲੱਗਦੀ ਪਈ ਹੈ ਤੈਨੂੰ ਪਾੜਾ ਲੱਗਦਾ ਪਿਆਗਾ ਸਿਆਲ ਮਾ ਕੋਈ ਚੜਿਆ ਖਲੋਤਾ ਭਾਵੇਂ ਸਿਆਲ ਮਾ ਹੋਵੇ ਤੇ ਭਾਵੇਂ ਗਰਮੀਆਂ ਹੋਵਣ ਕਿਸੇ ਸਿਆਣੇ ਬੰਦੇ ਮੈਨੂੰ ਆਖਿਆ ਕਿ ਸਵੇਰ ਨਾਲ ਇੱਕ ਅੰਡਾ ਨਾ ਵੀ ਖਾਦਾ ਕੀਤਾ ਕਰ ਸਵੇਰ ਮੈਂ ਨਹੀਂ ਖਾ ਸਕਿਆ ਮੈਨੂੰ ਦੁਪਾਰੀ ਬਣਾ ਕੇ ਦੇ ਦੇ ਸਿਆਣੇ ਬੰਦੇ ਤੇ ਨੇ ਇਹ ਗੱਲ ਨਹੀਂ ਕੀਤੀ ਹੈਗੀ ਕਿ ਕਿਸੇ ਦਾ ਸਾਸ ਵੀ ਕੀਤੀ ਦੋਂਦਾ 5 ਵਜੇ ਉੱਠੀਆਂ ਘਰ ਦੇ ਸਾਰੀ ਸਫਾਈ ਕੀਤੀ ਗੋਇਆ ਥੱਪਿਆ ਆਟਾ ਗੁਨੇ ਰੋਟੀਆਂ ਪਕਾਈਆਂ ਹੈਗੀਆਂ ਤੇ ਤੇਰੀ ਮਾਂ ਨੂੰ ਦੁਪਹਿਰੇ ਫੇਰ ਭੁੱਖ ਲੱਗ ਗਈ ਰੋਟੀਆਂ ਪਕਾਉਣ ਬੈਠੀ ਤੇਰੀ ਬਹਿਣ ਨੇ ਅੱਡ ਲਾਇਆ ਕੱਪੜੇ ਇਸਤਰੀ ਕਰ ਦੇ ਕੱਪੜੇ ਇਸਤਰੀ ਕਰਨ ਗਈਆਂ ਤੇ ਤੇਰੀ ਬਹਿਣ ਨੇ ਅੱਡ ਲਾਇਆ ਚਾਹ ਪਕਾ ਦੇ ਹੁਣ ਤੂੰ ਅੰਡਾ ਆਖੀ ਜਾਣਾ ਓਏ ਹੋਏ ਇੰਨੇ ਕੰਮ ਕੀਤੇ ਨੇ ਤੂੰ ਤਾਂ ਥੱਕ ਗਈ ਹੋਸੇ ਔਰ ਲਿਆ ਲੱਤਾਂ ਤੇਰੀ ਲੱਤਾਂ ਗੁੱਟਾ ਕੰਮ ਸੇ ਲੱਤਾਂ ਦੀ ਗੱਲ ਨਹੀਂ ਕਰਦੀ ਪਿਆ ਗਿਆ ਦੀ ਬੈਣਾ ਨੂੰ ਇਸ ਗਰੂ ਕੱਟ ਐਵੇਂ ਗਰੂ ਕੱਟਾਂ ਬੈਣਾ ਗਰੂ ਕੱਟਣ ਵਾਲੀ ਸਹੀ ਹਨ ਹੈ ਆਦੀਆਂ ਬੈਣਾ ਨੂੰ ਗਰੂ ਕੱਟ ਦੇਵਾਂ ਇਹ ਲੱਖ ਲਾਰੇ ਤੇ ਮੇਰੇ ਤੇ ਲੋਕੀ ਕੀ ਆਖਣ ਅਸਲਾਮੁਅਲੈਕੁਮ ਸਾਸ ਮਾਂ
वालेकुम सलाम बिस्मिल्लाह करा आगन मेरे शहजादे। हां जी आ ते गए ते सानू भूख बड़ी लगी खली रोटी दा जल्दी नाल बंदोबस्त कीता जावे। तन भूख लगी खलोती ते होर अम्मा चलो पक्खा लाग बाबू। ठीक है चलो चला खतूरी मैं हुणे रोटी पकवा लेनी सुगरी कोल चल बाबू। ठीक है अम्मा ऐसे चाह दे भाई तू अंडा सट देवे आ ते अंडा तैयार हो जाना हां बकरे बना दे सता वैसे मेरी सोनी और प्यारी बेगम किसर किसर मेरा दिल करता मैं तेनू लिदरा नाल मारा। नहीं बिल्लो हां दोवे जने कठे बैठे ने चुल्ले ते मेनू ते लगदा ए ना चुगलियां ला रही भरा रमजी नु साडियां शक ते मेनू ही हो पिया खोता ते चल के आपा अम्मा नु दसिए ते हुणे दे कान छका लिए नहीं ते इस कपाड़े पट काम वधा देने। हां तू ठीक कह रही चला फिर वेख नहीं पई ए ना अम्मा ਕੀ ਹੋਇਆ ਏ ਮੇਰੇ ਸਿਰ ਚ ਦਰਦ ਹੋ ਰਹੀ ਸੀ ਤੇ ਮੈਂ ਭਾਬੀ ਸੁਗਰੀ ਨੂੰ ਕਿਹਾ ਹੈਗਾ ਮੈਨੂੰ ਇੱਕ ਕੱਪ ਚਾਹ ਦਾ ਬਣਾ ਦੇ ਤੇ ਮੈਨੂੰ 50 ਗੱਲਾਂ ਸੁਣਾ ਕੇ ਗਏ ਤੇ ਹਾਲੇ ਤੱਕ ਚਾਹ ਵੀ ਨਹੀਂ ਲਿਆ ਕੇ ਦਿੱਤੀ। ਅੰਮਾ ਮੈਂ ਉਹਨੂੰ ਹੈਕ ਸੋ ਹੈਕ ਵਾਰੀ ਆ ਕੇ ਕਹਤੀ ਹੈ ਕਿ ਮੇਰੇ ਕੱਪੜਿਆਂ ਨੂੰ ਇਸਤਰੀ ਮਾਰ ਜਾ ਉਹ ਐਡੀ ਡੀਟ ਹਾਲੇ ਤੱਕ ਮੇਰੇ ਕੱਪੜੇ ਇਸਤਰੀ ਨਹੀਂ ਕੀਤੇ ਸੋ ਤੇ ਉੱਥੇ ਬਿਰਾ ਰਮ ਦੀ ਦੁਕਾਨ ਬਾਇਕ ਭਰੀ ਜਾਂਦੀ ਹੈ। ਆ ਹਾਂ ਨਹੀਂ ਬੜੀ ਮੈਂ ਇਹਨੂੰ ਕਦੋਂ ਦਾ ਆਖਿਆ ਮੈਨੂੰ ਰੋਟੀ ਪਕਾ ਕੇ ਦੇ ਤੇ ਇਹ ਸਰਾਂ ਨੇ ਮੈਨੂੰ ਡੁੱਕਰ ਨਹੀਂ ਪਕਾ ਕੇ ਦਿੱਤਾ ਕਦੀ ਮੈਦੂ ਵੈਨੀ ਹੈ ਕਦੀ ਮੈਦੂ ਵੈਨੀ ਹੈ ਫਾਥੋ ਬਿੱਲੇ ਤਰ੍ਹਾਂ ਤੇ ਮੈਨੂੰ ਭੁੱਖ ਡਾਡੀ ਲੱਗੀ ਖਲੋਤੀ। ਅੰਮਾ ਉਧਰੋਂ ਉਹਨੂੰ ਫੁਰਸਤ ਮਿਲੇਗੀ ਤੇ ਫੇਰ ਹੀ ਹੈ ਨਾ ਚੁਗਲੀਆਂ ਲਾਉਣ ਤੋਂ ਤੁਹਾਨੂੰ ਫੁਰਸਤ ਨਹੀਂ ਮਿਲਦੀ ਪਈ ਚੁੱਪ ਕਰ ਮਸੰਦਰੀ ਨੀ ਸ਼ੁਕਰੀਆ ਹੋਰ ਆਵੇਂ ਨਾ खुदा दा खौफ कर मैं तेरे पुत्र नु कोई गल नहीं कीती हैगी ताड़च को इंसानियत हैगी तुस तो मैं लई खोतियां ने मामा दियां। हां नी तू मैनु अगो इंसानियत दसदी पई है बेगैरती आके तेरे शर्म या कोई नहीं हैगा। एवें गल कोई नहीं कीती तू मैनु गल्लां करदी नहीं है ते मैं सुबह दी उठी जी आ मैनु ऐदली ने काम आख जा काम आखता तू मैनु गल्लां सारीयां करदी रही है। बोले ताले पे मेरे को बकवास कीती जांदी है मेरी अम्मा ने अगो बोलदी पई है मेरा बिरा तेरे को होवन दे बावजूद अम्मा ने इंसानियत दसदी पई है दो एदे मुंह उत्ते मार ते फिकर ना करी रन तो ਜੁੱਤੀ ਦੀ ਮਿਸਾਲ ਹੈ ਪਾਈ ਪਾਈ ਨਾ ਪਾਈ ਤਲਾ ਤੇ ਐਂ ਮਾਰੇ ਚੱਲ ਇੱਥੇ ਆ ਵੀ ਨਾ ਇੱਥੇ ਆ ਮੈਂ ਤੈਨੂੰ ਆਖੀ ਜਾਣਾ ਇੱਥੇ ਆ ਰਮਜੀ ਛੱਡ ਮੈਨੂੰ ਆ ਛੱਡ ਮੈਨੂੰ ਇੱਥੇ ਕੋਈ ਨਹੀਂ ਬਚਾਉਣਾ ਮੇਰੀ ਮਾਂ ਦੇ ਅੱਗੇ ਬਦਤਮੀਜ਼ੀ ਕਰਨੀ ਹੈ ਛੱਡ ਹਾਂ ਕਿੱਥੇ ਬੋਲ ਲਈ ਕਿੱਥੇ ਬੋਲ ਲਈ ਅੱਜ ਜ਼ੁਲਮ ਦੀ ਅਖੀਰ ਹੋ ਗਈ ਹੈ ਤੂੰ ਅੰਨੀ ਬਣ ਜਾ ਤੇ ਇਹਨਾਂ ਨੂੰ ਆਖ ਮੈਂ ਨਜ਼ਰ ਹੀ ਕੁਛ ਨਹੀਂ ਆਉਂਦਾ। ਸੁਗਰਾ ਓਏ ਸੁਗਰਾ ਸੁਗਰੀਆਤ ਓ ਮੈਂ ਤਾਂ ਮੈਂ ਹਾਸਾ ਕੀਤਾ ਹਾਂ ਤੂੰ ਤਾਂ ਸੀਰੀਅਸ ਹੀ ਹੋ ਗਈ ਹੈ। ਮੈਨੂੰ ਮੇਰੇ ਨਜ਼ਰ ਹੀ ਕੁਛ ਨਹੀਂ ਆਉਂਦਾ ਪਿਆ ਹੈਗਾ ਮੇਰੇ ਦਿਮਾਗ ਤੇ ਸੱਟ ਲੱਗ ਕੇ ਮੈਨੂੰ ਉਠਾ ਹਮੇ ਓ ਵਾਕਈ ਇੱਥੇ ਦਿਮਾਗ ਹੁੰਦਾ ਆ ਕਿੰਨੀਆਂ ਉਂਗਲੀਆਂ ਮੈਨੂੰ ਕੋਈ ਨਹੀਂ ਤੇਰਾ ਹੱਥ ਵੀ ਦਿਸਦਾ ਪਿਆ ਤੇਰਾ ਮੂੰਹ ਵੀ ਤੂੰ ਤਾਂ ਉੱਠ ਕੇ ਖੜੋ ਜਾ नूर चट लिया जुलमी कर सारी जिंदगी जेल जुबान नहीं निकलन देना तेरी बयान भी डका सा तेरी मान भी जिवे तुसी मेरी अक्की दा नूर को है गा मैं तनु उत्ते दाला पुआ सा भाई अब्बा जल्दी आ जा किते तू ते आया ही नहीं है। ओ तेरा अब्बा है मौला जट नहीं है एथू आवाज मारेगी तो तू करदा आ जाएगा वे काले मुंह वाले होंदे ना यो जी गल्ला ना करो आपा ता बोए बांडा भी बेच के ते अपनी जान नहीं छुटनी। ਅਪੀ ਮੇਰੀ ਬੈਂਕ ਫੱਟਾ ਪਾਣੀ ਤੇ ਅਸੀਂ ਤੈਨ ਡਾਕਟਰ ਤੇ ਲੈ ਚੱਲਨੇ ਤੇਰੀ ਅੱਖੀ ਚੈੱਕ ਕਰਵਾਈਨੇ ਆ ਪਰ ਕਿਵੇਂ ਖੋਤਾ ਗੱਡੀਆਂ ਨੂੰ ਫੋਨ ਕਰ ਛੋਰੋ ਲਾ ਚਲੀ ਅੱਖੀਆਂ ਦੇ ਹਸਪਤਾਲ। ਓਏ ਅੰਮਾ ਗੱਡੀ ਨੂੰ ਨਾ ਉਡੀ ਕੀ ਆਪਾਂ ਟੋਰ ਕੇ ਲੈ ਕੇ ਚਲੀਏ ਹਸਪਤਾਲ ਅੱਖੀਆਂ ਰੇ ਛੱਡੋ ਮੈਨੂੰ ਮੈਂ ਹਸਪਤਾਲ ਨਹੀਂ ਜਾਣਾ ਸੁਗਰੀ ਇਹਨਾਂ ਨੂੰ ਤਾਂ ਨਹੀਂ ਜਾਣੇ ਆ ਛੱਡੋ ਮੈਨੂੰ ਓ ਛੱਡੋ ਮੈਨੂੰ ਆ ਵੇਖ ਮੈਂ ਤੇਰੇ ਗਿੱਟਿਆਂ ਨੂੰ ਹੱਥ ਲਾਉਂਦਾ ਪਿਓ ਤੇ ਗੋਡਿਆਂ ਨੂੰ ਹੱਥ ਲਾਉਂਦਾ ਪਿਓ ਨਹੀਂ ਮੇਰੇ ਗੋਡਿਆਂ ਨੂੰ ਹੱਥ ਸੁਗਰੀ ਇਹ ਖੁਦਾ ਦਾ ਵਾਸਤਾ ਹੈ ਸਾਨੂੰ ਮਾਫ ਕਰ ਦੇ ਤੇ ਇੱਕ ਵਾਰੀ ਚੱਲ ਨਹੀਂ ਮੇਰੇ ਪਿਆਰ ਮੈਂ ਜਾਣਾ ਹੈ ਅਸੀਂ ਡਾਕਟਰ ਅੱਖੀ ਵਾਲਾ
ਥਾਲੇ ਨਾ ਜਾਵੀ चौक च बाग जाके मंग और तेरे चार पैसे बन जा सन तेरा कारोबार बन गया है अगे दिहाड़ी लगे आई है ना और दिहाड़ी रड़े से आई जुगता ना करो जुगता करन दा टाइम नहीं है मेरी सवानी इन्नी हो गई है ओ थाने लगी जासी तो पर्चा हो जासी पर्चा होंदा तो होवे पिया पर्चा होना तेरे ते सवानी नो ने तो कीता सी नहीं कीता ते तू मां दी टेंशन ना लाओ सी ओनु संभाल लिसा ओदा पियो भी बड़ा कुरखती ओदे तो पूरा थे डरदा हां तेरी गल सही है ओंदी जाके कोई मिनट तरला करो मेरी सवानी दा ओ मन जावे मैं जेल तू बच जावा चलो ठीक है असी ओदा मिनट तरला कोई ना करना लेकिन तेरे मुंह ना सिक रेंदे पाए ओ जे ते मुंह ने मिनट तरला करना ना जल्दी करो ओ मेरी तो पर्चे दा नाम सुन के सलवार गिल्ली होई पई कुछ नहीं ओदा मेरी सलवार अंदर सुक्की पई ओ पा ले ओ परेशान ना हो असी ओदे पैर हथी देख के ते सुला कर ली सा अच्छा हां आ जा मोड़ ओदे पैर डिगी आ जा थाने जावन दी लोड़ ही कोई नहीं 15 ते कॉल कर पुलिस तोड़ू आके नन चा जा सी ओए नंबर आले गोडे ना मिले सी निगे दोन शाय कहानी हमदी करा डड्डू जाया ओए भूतड़िया अजे तू मेरा बनवैया ना होंदा ना ते मैं तैनू इथे ही नया कर देना है मैं चबाला जी तेरा बनवैया ना होंदा ते मैं तेरे मथे लगा मु जे वो मेनू मोबाइल में फोन करा मिनट बार हो रहा मेरे दी फोन करा दी अपन कोई लोड़ नहीं है मारा मैं तेनू गल नहीं आ ते तेरे प्यो नु ओ लाए अंदर बस मिनट बार मेरे प्यो नु सद्दो मैं मेनू जल्दी
ਦੀ ਗੱਲ ਹੈ ਪਰ ਅਮਜੀ ਜਾ ਬੱਚਾ ਜਾ ਤੇਂਦੇ ਪਿਓ ਨੂੰ ਸੱਤ ਕੇ ਲਾਇਆ ਠੀਕ ਹੈ ਉਹਨੇ ਆਵੇ ਹੁਣੇ ਲੈ ਉਹਨੇ ਗਿਆ ਤੂੰ ਨਾ ਤੇਰੇ ਪਿਓ ਲਾ ਕੇ ਆ ਜਾ ਸੀ ਇਹ ਕਿਹੜੀ ਗੱਲ ਲੈ ਅੱਜਾਂ ਦੇ ਮਕੂ ਪੈਦਲ ਗਾਜ ਲੱਗਾ 2 ਰੁਪਏ ਕਾਲ ਦੇਣੇ ਸੇ ਸਾਰੇ ਖਿੱਚੀ ਖਿੱਚੀ ਕਿ ਤੁਸੀਂ ਨੇ ਨਾ ਲਿਲਾਇਆ ਤੈਨੂੰ ਤੇ ਕਿਸੇ ਜ਼ਰਾ ਨਾ ਆਇਆ ਵਾਲ ਖੁੱਲ ਗਏ ਤੇ ਚੂੜੀ ਟੁੱਟ ਗਈ ਸੋਹਣਿਆ ਹੱਦ ਮੁੱਕ ਗਈ चूड़ी टूट गई सोनिया हद मुक गई मैं हद मुका दलील दे बच्चिया तनाश भी नहीं मैं कर रहा तू कि आ गया ते नाले है तू मेरा जवाई ओए मेरा सौरा अब्बा तेनू परेशानी दी गल सुनावण आया ओके परेशानी है बुझाता ना पा गल दस तेरी बहन ते तेरी दी अन्नी हो गई है ओए ओए ओ किवें अन्नी हो गई है अब मेरे को गलती नाल ओंदी टक्कर वज गई कद दे विच ओदे दिमाग के सट लगी तन्नी हो गई ओ जालिमा ओ मैं तेनू अपनी दी दित्ती ओंदा ख्याल करी तू नोना कर दित्ता सट लगी मेरे हथू लगी मैं इकरार करदा पिया हां गलती नाल सट लग गई तो मैनू माफ कर दो भी मैनू माफ की बैठी पर अब्बा अब्बा की जाती है असीं उत्थे जा के उहदे कोल पुछ के मुड़ तेरे नाल गल करने आ चल अगे लग अपनी भरजाई सोनी दे ना सिर दे विच तेल ला के चंगी तरह सिर चथरा करांगी हां ते मंजी ते पै मैल तेरे पैरां ते लेनी आ अकल दी अन्नी आ ए तेरा प्यो नहीं खुसराई ਠੀਕ ਹੈ ਨਹੀਂ ਤਾਂ ਜੇਲ੍ਹ ਤੇ ਪੱਕੀ ਇਹਨਾਂ ਦੇ ਵਾਸਤੇ ਦਾਲ ਵੀ ਛੜ ਮੇਰੀ ਦੀ
ਆਦੇ ਸਾਈਆਂ ਸੱਦੋ ਤੇ ਆਪਦੇ ਘਰ ਜਾਓ ਆਪਣੇ ਆਪ ਦੇ ਬੰਦਿਆਂ ਨੂੰ ਲੈ ਕੇ ਆਦੇ ਘਰ ਜਾਓ ਇੱਥੇ ਸਾਡੇ ਘਰ ਨਾ ਰਹੋ ਓਏ ਮੇਰੀ ਇਹ ਬਹਿਣੇ ਮੈਂ ਤੈਨੂੰ ਇਸ ਘਰ ਦੇ ਵਿੱਚੋਂ ਟੋੜਦਾ ਪਿਆ ਤੇ ਉਸ ਘਰ 'ਚ ਤੇਰਾ ਜਨਾਜ਼ਾ ਆਪਣਾ ਚਾਹੀਦਾ ਤੇਰਾ ਜਨਾਜ਼ਾ ਤੈਨੂੰ ਸਮਝਾਉਣ ਦੀ ਲੋੜ ਕੋਈ ਨਹੀਂ ਜਿਹੜੀ ਸਾਡੇ ਨਾਲ ਹੋ ਗਈ ਤੇ ਇਵੇਂ ਹੀ ਹੋਸੀ ਹੁਣ ਰਮਜ਼ੀਆ ਮੇਰਾ ਦਿਲ ਨਹੀਂ ਕਰਿੰਦਾ ਪਿਆ ਮੈਂ ਤੈਨੂੰ ਛੱਡ ਕੇ ਜਾਵਾਂ ਜੇ ਤੇਰਾ ਦਿਲ ਨਹੀਂ ਕਰਦਾ ਮੈਂ ਤੈਨੂੰ ਮੈਂ ਦੋ ਲਿੱਤਰ ਮਾਰਾਂ ਤੇਰੀ ਖੁੱਤੀ 'ਚ ਇਹੋ ਬਣਵਾਈਆ ਦਾ ਕਦਰ ਕਰਨੀ ਹੁਣ ਖਲਿਆਂ ਨਾਲ ਹੀ ਮਾਰਨਾ ਹੀ ਹੁਣ ਖਲਿਆਂ ਨਾਲ ਹੀ ਮਾਰਨਾ ਤੁਸੀਂ ਇੱਥੇ ਸਾਡੇ ਬੂਹੇ ਤੇ ਪਏ ਹੋਏ ਇਹਨੇ ਤੁਸੀਂ ਇਹਦਾ ਕੰਮ ਕਾਰ ਕਰੋ ਸਵਾਣੀਆਂ ਤੁਹਾਨੂੰ ਦਿੱਤੀਆਂ ਤੁਸੀਂ ਇਹਨਾਂ ਨੂੰ ਵਿਖਾਓ ਬਕਵਾਸ ਬੰਦ ਕਰੋ ਉਹ ਸਾਥੋਂ ਕੰਮ ਕਾਰ ਨਹੀਂ ਆਉਂਦਾ ਬਹੂਆ ਉਹ ਜਿਹੜੇ ਅਸੀਂ ਇੱਥੇ ਦੁੱਧ ਕਿਉਂ ਖਾਤੇ ਨੇ ਇੱਥੇ ਸਾਥੋਂ ਨਹੀਂ ਫੁੱਲਣੇ ਕੋਈ ਗੱਲ ਨਹੀਂ ਉਹ ਤਾਂ ਮੰਨ ਕੇ ਖਾ ਲਵੇ ਰਾ ਤੁਹਾਨੂੰ ਬਾਹਰ ਤਾਂ ਜਿਹੜਾ ਆਇਆ ਮੈਂ ਟੁਰੋ ਆ ਜਾ ਅੰਮਾ ਲੋਰ ਬਿੱਲੋ ਮੋਬਾਈਲ ਦੇ ਖੇਡਦੀ ਪਈ ਹੈ ਸ਼ੁਕਰੀਆ ਇਹ ਕੀ ਡਰਾਮਾ ਕੀਤਾ ਅੰਨੀ ਬਣੀ ਰਹੀ ਹੈ ਹੁਣ ਤੈਨੂੰ ਨਜ਼ਰ ਆਉਂਦਾ ਪਿਆ ਡਰਾਮਾ ਨਹੀਂ ਕੀਤਾ ਤੁਹਾਡਾ ਇਲਾਜ ਕੀਤਾ ਹੈ ਤੇਰੀ ਭੈਣਾਂ ਨੂੰ ਘਰੋਂ ਕੱਢਿਆ ਹੈ ਉਹ ਕਿਉਂ ਕੱਢਿਆ ਉਹ ਇਸ ਗੱਲੋਂ ਕੱਢਿਆ ਧੀਆਂ ਭੈਣਾਂ ਆਦੇ ਘਰ ਵਸਦੀਆਂ ਸੋਹਣੀਆਂ ਲੱਗਦੀਆਂ ਮਾਂ ਪਿਓ ਦੇ ਬੂਹੇ ਤੇ ਸੋਹਣੀਆਂ ਨਹੀਂ ਲੱਗਦੀਆਂ ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।